ਮੈਡਮ ਸ਼ਮੀ ਨਿਸ਼ਚਲ ਅਤੇ ਨੇਹਾ ਪ੍ਰਭਾਕਰ ਦੇ ਸਾਂਝੇ ਉਪਰਾਲੇ ਨਾਲ ਕਰਵਾ ਚੌਥ ਦੇ ਸੰਬੰਧ ਵਿੱਚ ਕੇਜੀ ਰਿਸੋਰਟ ਵਿਖੇ ਵੱਖ ਵੱਖ ਇਵੈਂਟ ਕਰਵਾਏ ਗਏ, ਜਿਸ ਵਿੱਚ ਫੈਸ਼ਨ ਸ਼ੋ, ਤੰਬੋਲਾ, ਗਰੁੱਪ ਐਕਟੀਵਿਟੀਜ਼ ਦੇ ਨਾਲ ਨਾਲ ਲੱਕੀ ਡਰਾਅ ਵੀ ਕੱਢੇ ਗਏ। ਇਸ ਮੌਕੇ ਮੈਡਮ ਸਰੋਜ ਗੁਪਤਾ ਨੇ ਬਤੌਰ ਜੱਜ ਭੂਮਿਕਾ ਨਿਭਾਉਂਦਿਆਂ ਚੌਦਵੀਂ ਦਾ ਚਾਂਦ ਵਰਗੇ ਖਿਤਾਬ ਵੀ ਦਿੱਤੇ। ਇਸ ਮੌਕੇ ਮੀਨਾਕਸ਼ੀ, ਭਾਰਤੀ ਸ਼ਰਮਾ, ਸੁਮਨ ਆਦਿ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਮੈਂ ਆਪਣੀ ਭੈਣਾਂ ਨੂੰ ਕਰਵਾ ਚੌਥ ਦੀ ਬਹੁਤ ਬਹੁਤ ਵਧਾਈ ਦਿੰਦੀ ਹਾਂ। ਅਤੇ ਅੱਜ ਅਸੀਂ, ਮੈਂ ਔਰ ਨੇਹਾ ਪ੍ਰਭਾਕਰ, ਅਸੀਂ ਅੱਜ ਇੱਕ ਕਰਵਾ ਚੌਥ 'ਤੇ ਇਵੈਂਟ ਔਰਗਨਾਈਜ਼ ਕੀਤਾ ਹੈ ਅਤੇ ਸਭ ਲੇਡੀਜ਼ ਬਹੁਤ ਇੰਜੋਏ ਕਰ ਰਹੀ ਹੈ। ਅਤੇ ਮੈਂ ਉਮੀਦ ਕਰਦੀ ਹਾਂ ਕਿ ਹਰ ਸਾਲ ਅਸੀਂ ਇਸੇ ਤਰੀਕੇ ਨਾਲ ਕਰਵਾ ਚੌਥ ਇਵੈਂਟ ਨੂੰ ਸੈਲੀਬ੍ਰੇਟ ਕਰੀਏ।